रिस रहा हो खून, रिस रहा हो खून, दिल से लब मगर हंसते रहे, कर गया बर्बाद मुझको ये हुनर कहना उसे। आवाज़ां बड़ियां मारियां मैं तैनूं, आवाज़ां बड़ियां मारियां, तेरी चुप ने जीर ही लईयां सारियां, ओए मैं तैनूं आवाज़ां बड़ियां। डुबदा सूरज और भी सोना हो गया, डुबदा सूरज और भी सोना हो गया, हो गया, बाहां तेरे बिछड़ जइयां मारियां, मैं तैनू आवाज़ां बड़ियां मारियां, तेरी चुप में ਆਪਣੇ ਸੱਜਣ ਨੂੰ ਸ਼ਰਧਾਂਜਲੀ ਦੇਣ। ਗਾਣਾ ਰਿਲੀਜ਼ ਹੋਣਾ ਤਾਂ ਖੁਸ਼ੀ ਦਾ ਮੁਕਾਮ ਹੁੰਦਾ, ਲੇਕਿਨ ਅਸੀਂ ਤਾਂ ਬਹੁਤ ਹੀ ਸੋਗਮਈ ਹੋ ਗਏ ਕਿ ਸਾਲ ਗੁਜ਼ਰ ਗਿਆ, ਛਿੰਦਾ ਭਾਜੀ ਨੂੰ ਗਿਆ। ਬਹੁਤ ਸਾਰੀਆਂ ਯਾਦਾਂ ਜੀ ਉਹਨਾਂ ਦੀਆਂ, ਇੰਨੀਆਂ ਯਾਦਾਂ। ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਜਿਸ ਤਰ੍ਹਾਂ ਦੀ ਆਵਾਜ਼ ਸੀ ਉਹਨਾਂ ਦੀ, ਫੋਰਸ ਵਾਲੀ ਆਵਾਜ਼, ਸ਼ਾਇਦ ਹੀ ਦੁਬਾਰਾ ਕਦੀ ਪੈਦਾ ਹੋਵੇ ਛਿੰਦਾ। ਔਰ ਵਰਸੇਟਾਈਲ ਆਰਟਿਸਟ ਸੀ। ਯਾਦਾਂ ਤਾਂ ਬਹੁਤ ਹੈ, ਕਿਤੇ ਆਰਾਮ ਨਾਲ ਬੈਠ ਕੇ ਸ਼ੇਅਰ ਕਰਾਂਗੇ। ਬਹੁਤ ਹੀ ਮਿਹਨਤੀ ਔਰ ਬਹੁਤ ਹੀ ਲੋਕਾਂ ਦਾ ਪਿਆਰਾ ਕਲਾਕਾਰ ਸੀ। ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਰਿਆਜ਼ ਕਰਕੇ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲੋਕ ਗਾਇਕ ਬਣੇ ਆ। ਔਰ ਕਰ ਲੈ ਗਿਆ ਸਮੇਂ ਵਾਲੀ ਘੜੀ, ਖੋਰੇ ਕਿਹੜੇ ਚੰਦਰੇ ਨੇ ਘੜੀ, ਇੱਕ ਪਲ ਮੁੜੇ ਨਾ ਪਛਾ, ਕਿੱਥੇ ਸਾਨੂੰ ਟੋਲਿਆ ਸੀ ਉਂਗਲੀ ਦਾ ਵੈਰੀਆ, ਕਿੱਥੇ ਸਾਡੀ ਛੱਡ ਗਏ ਉਹ, ਪਹਿਲਾਂ ਤੇਰੇ ਦਰ ਛੱਡੇ, ਫਿਰ ਤੇਰੇ ਘਰ ਛੱਡੇ, ਫਿਰ ਤੇਰਾ ਛੱਡਿਆ ਗਰਾਂ, ਓਏ ਛਿੰਦਿਆ ਫਿਰ ਅੱਜ ਚਿਰਾ, ਪਿੱਛੋਂ ਅੱਖੀਆਂ ਦੇ ਥੱਲਾਂ ਵਿੱਚ ਹੰਝੂਆਂ ਦੀ ਵਰਤ ਪਿੱਛੇ ਹੌਸਲਾ ਦੇਣ ਲਈ ਕਹੀ ਜਾਂਦੇ, 20 ਸਾਲ ਪਿੱਛੇ ਚਲ ਗਿਆ, ਪਤਾ ਸਾਨੂੰ ਅਸੀਂ ਬੁੱਢੇ ਹੋ ਗਏ।
ਦਿਲ ਕੇ ਬਦਲਾਨੇ ਕੋ ਬਾਦ ਵੀ ਇਹ ਖਿਆਲ ਅੱਛਾ ਹੈ। ਤੋਪਲੇ ਫਿਰ ਫੂਟ ਆਈ ਸ਼ਾਖ ਪਰ ਕਹਿਣਾ ਉਸੇ ਵੋ ਨਾ ਸਮਝਾ ਹੈ ਮਗਰ ਕਹਿ ਵੋ ਨਾ ਸਮਝਾ ਹੈ ਨਾ ਸਮਝੇ ਗਾ ਮਗਰ ਕਹਿਣਾ ਉਸੇ ਵਕਤ ਕਾ ਤੂਫਾਨ ਹਰ ਸ਼ੈ ਬਹਾ ਕਰ ਲੇ ਗਿਆ ਹੋ ਗਈ ਹੈ ਤਨਹਾ ਕਿਤਨੀ ਰਹਿ ਗੁਜ਼ਰ ਕਹਿਣਾ ਉਸੇ। ਸੰਧੂ ਸਾਹਿਬ ਸ਼ੇਰ ਸੁਣਨਾ ਰਿਸ ਰਹਾ ਹੋ ਖੂਨ ਰਿਸ ਰਹਾ ਹੋ ਖੂਨ ਦਿਲ ਸੇ ਲਵ ਮਗਰ ਹੱਸਦੇ ਰਹੇ ਕਰ ਗਿਆ ਬਰਬਾਦ ਮੁਝ ਕੋ ਯੇ ਹੁਨਰ ਕਹਿਣਾ ਉਸੇ। ਟਾਈਮ ਐਸਾ ਹੈ ਪਾਤਰ ਸਾਹਿਬ ਇੱਕ ਆਵਾਜ਼ ਦਿੱਤੀ ਸੀ ਕਿਸੇ ਆਪਣੇ ਮਹਿਬੂਬ ਨੂੰ ਮੈਂ ਪਾਤਰ ਸਾਹਿਬ ਆਹ ਗਾਣਾ ਤਾਂ ਆਪਾਂ ਸੁਣਾ ਆ ਹੁਣ ਦੁਬਾਰਾ ਫਿਰ ਸੁਣ ਲਾਂਗੇ ਸੇਖੋ ਸਾਹਿਬ ਤੁਹਾਡਾ ਦੇਣਾ ਨਹੀਂ ਦੇ ਸਕਦੇ। ਪਾਤਰ ਸਾਹਿਬ ਨੇ ਇੱਕ ਲਿਖਿਆ ਸੀ ਦੋ ਲਾਈਨਾਂ ਮੈਂ ਸੁਣਾ ਸਕਦਾ ਉਹ ਛਿੱਦਰ ਜੀ ਲਈ ਮੈਂ ਉਹਨਾਂ ਦੇ ਨਾਂ ਹੀ ਕਰਦਾ ਦੇਖੋ ਕੈਸਾ ਇਤਫਾਕ ਦੇਖੋ ਭੈਣ ਜੀ ਪਾਤਰ ਸਾਹਿਬ ਨੇ ਲਿਖਿਆ ਔਰ ਅਸੀਂ ਅੱਜ ਉਹਦੇ ਸ਼ਾਹ ਸਾਰੇ ਯਾਰ ਇਹੀ ਕਹਿ ਰਹੇ ਜੋ ਪਾਤਰ ਸਾਹਿਬ ਨੇ ਲਿਖਿਆ ਸੁਣਿਓ ਜਰਾ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਮੈਂ ਤੈਨੂੰ ਆਵਾਜ਼ਾਂ ਬੜੀਆਂ ਤੇਰੀ ਚੁੱਪ ਨੇ ਜੀਰ ਹਿਲਈਆਂ ਸਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੂੰ ਜੋ ਚੁੱਪ ਚੁੱਪ ਕਿਹੜੇ ਆਪਣੀ ਰੇਤ ਵਿੱਚ ਰੇਤ ਤੂੰ ਜੋ ਚੁੱਪ ਚੁੱਪ ਕਿਹੜੇ ਆਪਣੀ ਰੇਤ ਵਿੱਚ ਰੇਤ ਵਿੱਚ ਉਹਨਾਂ ਹੰਝੂਆਂ ਨਾਲ ਸਾਡੀਆਂ ਯਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਖਿਆਲ ਦੇਖੋ ਸ਼ਾਇਰ ਦਾ ਪ੍ਰਵਾਸ ਦੇਖਿਓ ਡੁੱਬਦਾ ਸੂਰਜ ਹੋਰ ਵੀ ਸੋਹਣਾ ਹੋ ਗਿਆ ਡੁੱਬਦਾ ਸੂਰਜ ਹੋਰ ਵੀ ਸੋਹਣਾ ਹੋ ਗਿਆ ਹੋ ਗਿਆ ਬਾਹਾਂ ਤੇਰੇ ਵਿਛੜ ਜਈਆਂ ਮਾਰੀਆਂ ਓਏ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਤੇਰੀ ਚੁੱਪ ਮੈਂ ਜੀ ਹਿਲੀਆਂ ਕੱਲ ਨੂੰ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ
ਕਦੋਂ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ, ਸ਼ਹਿਰ ਵਿੱਚ, ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਰੀਆਂ, ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਰੀਆਂ, ਤੇਰੀ ਚੁੱਪਵੇਂ ਜੀਰ ਤੇਰੀ ਚੁੱਪਲੇ ਜੀਰ ਘਰ ਵਾਪਸ ਵੀ ਆਉਣਾ ਹੁੰਦਾ। ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ, ਮੈਂ ਤੈਨੂੰ ਆਵਾਜ਼ਾਂ ਓਏ, ਮੈਂ ਤੈਨੂੰ ਪਹਿਲਾਂ ਤਾਂ ਬੜੀ ਮਿਹਰਬਾਨੀ ਸਭ ਦੀ, ਤਸ਼ਰੀਫ ਲਿਆਏ ਆਪਣੇ ਸੱਜਣ ਨੂੰ ਸ਼ਰਧਾਂਜਲੀ ਦੇਣ। ਗਾਣਾ ਰਿਲੀਜ਼ ਹੋਣਾ ਤਾਂ ਖੁਸ਼ੀ ਦਾ ਮੁਕਾਮ ਹੁੰਦਾ, ਲੇਕਿਨ ਅਸੀਂ ਤਾਂ ਬਹੁਤ ਹੀ ਸੋਗਮਈ ਹੋ ਗਏ ਕਿ ਸਾਲ ਗੁਜ਼ਰ ਗਿਆ ਛਿੰਦਾ ਭਾਅ ਜੀ ਨੂੰ ਗਿਆ। ਸੁਰਿੰਦਰ ਛਿੰਦਾ ਅਜ਼ੀਮ ਸ਼ਖਸੀਅਤ, ਅਜ਼ੀਮ ਸਿੰਗਰ, ਲੋਕ ਗਾਇਕ, ਫਿਲਮੀ ਗਾਇਕ, ਖੂਬਸੂਰਤ ਅਭਿਨੇਤਾ, ਖੂਬਸੂਰਤ ਇਨਸਾਨ, ਵਿਛੜਿਆ ਸਾਲ ਹੋ ਗਿਆ। ਬਹੁਤ ਵੱਡੇ ਲੋਕ ਆਏ ਉਹਨਾਂ ਨੂੰ ਸ਼ਰਧਾਂਜਲੀ ਦੇਣ, ਅਸੀਂ ਵੀ ਉਹਨਾਂ ਦੇ ਫੈਨ ਦੇ ਤੌਰ 'ਤੇ ਮੈਂ ਵੀ ਗਾਇਆ, ਉਹਨਾਂ ਨੂੰ ਟ੍ਰਿਬਿਊਟ ਕੀਤਾ। ਦੇਖੋ ਸਾਡੇ ਵੱਡਿਆਂ ਦਾ ਜਿਵੇਂ ਹੁਕਮ ਹੋਏਗਾ, ਸਦੀਕ ਸਾਹਿਬ, ਮੁਹੰਮਦ ਸਦੀਕ ਸਾਹਿਬ ਜਿਹੜੇ ਸਾਡੇ ਹੁਣ ਸਾਰਿਆਂ ਦੇ, ਮੈਂ ਤਾਂ ਮੀਰੇ ਕਾਰਵਾ ਕਹਾਂਗਾ, ਇਹ ਜੋ ਹੁਕਮ ਕਰਨ, ਮਾਨ ਸਾਹਿਬ ਹੈ, ਮਾਨ ਮਰਾੜਾਂ ਵਾਲੇ, ਅਤੇ ਸਿਆਣਿਆਂ ਦੀ ਗੱਲ ਮੰਨ ਕੇ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ। ਐਕਚੁਲੀ ਅਸੀਂ ਐਵੇਂ ਡਾਈਵਰਟ ਜਿਹਾ ਹੋ ਗਿਆ, ਹੋਰ ਹੀ ਬੰਨੇ ਤੁਰ ਪਏ। ਸਾਡਾ ਕੰਮ ਤਾਂ ਇਹੋ ਹੀ ਆ, ਸਾਨੂੰ ਫੱਬ ਦਾ ਵੀ ਇਹੋ ਹੀ ਹੈ। ਹਾਂਜੀ, ਬਸ ਉਹ ਕਦੀ ਅਜ਼ਮਾਇਸ਼ ਹੀ ਆ ਜ਼ਿੰਦਗੀ, ਉਹ ਵੀ ਅਜ਼ਮਾਇਸ਼ ਹੈ। ਚਲੋ ਜੋ ਵੀ ਹੈ, ਮੈਂ ਅਕਸਰ ਕਹਿੰਦਾ ਡੈਸਟਨੀ, ਕੁਦਰਤ, ਤਕਦੀਰ। ਹਾਂਜੀ, ਬਹੁਤ ਸਾਰੀਆਂ ਯਾਦਾਂ ਜੀ ਉਹਨਾਂ ਦੀਆਂ, ਇੰਨੀਆਂ ਯਾਦਾਂ। ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਜਿਸ ਤਰ੍ਹਾਂ ਦੀ ਆਵਾਜ਼ ਸੀ ਉਹਨਾਂ ਦੀ, ਫੋਰਸ ਵਾਲੀ ਆਵਾਜ਼, ਸ਼ਾਇਦ ਹੀ ਦੁਬਾਰਾ ਕਦੀ ਪੈਦਾ ਹੋਵੇ ਛਿੰਦਾ। ਔਰ ਵਰਸੇਟਾਈਲ ਆਰਟਿਸਟ, ਜਲਦੀ ਕਰ ਦਿਓ, ਯਾਦਾਂ ਤਾਂ ਬਹੁਤ ਹੈ, ਕਿਤੇ ਆਰਾਮ ਨਾਲ ਬੈਠ ਕੇ ਸ਼ੇਅਰ ਕਰਾਂਗੇ। ਅੱਜ ਤਾਂ ਬਸ ਉਹ ਉਹਨਾਂ ਨੂੰ ਸਾਰੇ ਸ਼ਰਧਾਂਜਲੀ ਦੇਣ ਆਏ ਸੀ, ਟ੍ਰਿਬਿਊਟ ਕੀਤਾ, ਗਾਣੇ ਦੀ ਸ਼ਕਲ ਵਿੱਚ ਇਕੱਠੇ ਹੋਇਆ ਕਰਾਂਗੇ। ਬਹੁਤ ਦੇਰੀ ਨਾ ਮੁਲ ਦੇਰ ਹੋ ਗਈ, ਖਾਸੀ ਦੇਰ ਹੋ ਗਈ,
ਇੱਕ ਉਮਰ ਅਸੀਂ ਇਕੱਠੇ ਚੱਲੇ ਹਾਂ। ਮੇਰੇ ਤੋਂ ਵੈਸੇ ਉਹ ਬਹੁਤ ਸੀਨੀਅਰ ਸੀਗੇ, ਪਰ ਫਿਰ ਵੀ ਇੰਨੇ ਵੀ ਸੀਨੀਅਰ ਨਹੀਂ ਸੀਗੇ ਕਿ ਮੈਨੂੰ ਯਾਦ ਨਾ ਹੋਵੇ। ਜਵਾਨ ਹੀ ਲੱਗਦੇ ਸੀ, ਸਾਡੇ ਤੋਂ ਵੀ ਉਹ ਜਵਾਨ ਲੱਗਦੇ ਸੀ। ਜੀ ਮੈਂ ਸ਼੍ਰੀ ਹੰਸਰਾਜ ਜੀ ਨੇ ਤੁਹਾਨੂੰ ਸਭ ਕੁਛ ਦੱਸ ਦਿੱਤਾ, ਛਿੰਦਾ ਜੀ ਬਾਰੇ ਵੀ, ਔਰ ਅੱਜ ਦਾ ਜਿਹੜਾ ਗੀਤ ਰਿਲੀਜ਼ ਹੋਇਆ ਉਹਦੇ ਬਾਰੇ ਵੀ ਸਭ ਕੁਛ ਦਿੱਤਾ। ਹੁਣ ਤੁਸੀਂ ਮੈਨੂੰ ਕੀ ਪੁੱਛ ਰਹੇ ਹੋ, ਮੈਂ ਕੀ ਦੱਸਾਂ? ਦੱਸੋ, ਯਾਦਾਂ ਸਾਡੀਆਂ। ਆਰਟਿਸਟ ਇੱਕ ਕਲਾਕਾਰ ਦਾ ਇੱਕ ਪਰਿਵਾਰ ਹੁੰਦਾ, ਆਰਟਿਸਟਾਂ ਦਾ ਇੱਕ ਪਰਿਵਾਰ ਹੁੰਦਾ, ਉਹ ਸਾਡੇ ਵਿੱਚ ਛੋਟਾ ਵੱਡਾ ਕੋਈ ਨਹੀਂ ਹੁੰਦਾ, ਅਸੀਂ ਸਾਰੇ ਜਣੇ ਇੱਕ ਪਰਿਵਾਰ ਦੇ ਮੈਂਬਰ ਹੁੰਦੇ ਹਾਂ, ਔਰ ਸਾਡੇ ਵਿੱਚੋਂ ਛਿੰਦਾ ਵੀ ਇੱਕ ਪਰਿਵਾਰ ਦਾ ਮੈਂਬਰ ਸੀ, ਜਿਹੜਾ ਮੈਂ ਸਮਝਦਾ ਬਈ ਬਹੁਤ ਹੀ ਨਾਮਵਰ, ਬਹੁਤ ਹੀ ਮਿਹਨਤੀ ਔਰ ਬਹੁਤ ਹੀ ਲੋਕਾਂ ਦਾ ਪਿਆਰਾ ਕਲਾਕਾਰ ਸੀ। ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਰਿਆਜ਼ ਕਰਕੇ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲੋਕ ਗਾਇਕ ਬਣਿਆ, ਔਰ ਲੋਕ ਗਾਇਕ ਤੋਂ ਵੀ ਵੱਡਾ ਉਹ ਸ਼੍ਰੋਮਣੀ ਗਾਇਕ ਬਣਿਆ। ਤਾਂ ਮੈਂ ਸਮਝਦਾ ਬਈ ਉਹਦਾ ਚਲੇ ਜਾਣਾ ਸਾਡੇ ਸੰਗੀਤਕ ਪਰਿਵਾਰ ਨੂੰ ਬਹੁਤ ਬੜਾ ਘਾਟਾ। ਅੱਜ ਉਹਦੀ ਯਾਦ ਦੇ ਵਿੱਚ ਆਪ ਦੇਖ ਰਹੇ ਹੋ ਵੀ ਇੱਥੇ ਸ਼੍ਰੀ ਹੰਸਰਾਜ ਜੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਸੀਗੇ, ਅਤੇ ਆਪ ਜੀ ਨੂੰ ਪਤਾ ਹੀ ਹੈ ਪਦਮ ਸ਼੍ਰੀ ਉਹਨਾਂ ਦਾ ਖਿਤਾਬ ਹੈ, ਰਾਜਗਾਇਕ ਵੀ ਰਹੇ ਨੇ। ਤਾਂ ਮੇਰਾ ਮਤਲਬ ਕਹਿਣ ਦਾ ਵੀ ਅਸੀਂ ਸਾਰੇ ਲੋਕ ਸ਼ਰਧਾਂਜਲੀ ਦੇਣ ਵਾਸਤੇ ਆਏ ਸੀ, ਉਹਨਾਂ ਦੀਆਂ ਯਾਦਾਂ ਤਾਜ਼ਾ ਕਰਨ ਵਾਸਤੇ। ਹਰਪ੍ਰੀਤ ਜੀ ਸੇਖੋਂ ਨੇ ਇਹ ਸਾਰਾ ਉਪਰਾਲਾ ਕੀਤਾ ਸੀਗਾ, ਬਾਬੂ ਸਿੰਘ ਜੀ ਮਾਨ ਮਰਾਣਾ ਵਾਲੇ ਉਹ ਆਏ ਸੀਗੇ, ਇੱਥੇ ਬੀਬੀ ਬਲਜੀਤ ਕੌਰ ਜੀ ਜੋ ਮਿਨਿਸਟਰ ਹੈਗੇ ਨੇ ਉਹ ਵੀ ਆਏ। ਮੇਰਾ ਮਤਲਬ ਹੈ ਵੀ ਹਰ ਸ਼ੋਭੇ 'ਚੋਂ ਇੱਥੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਨੂੰ ਯਾਦ ਕਰਨ ਵਾਸਤੇ, ਔਰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਯਾਦ ਕੀਤਾ। ਮੈਂ ਸਮਝਦਾ ਜਿਹੜਾ ਅੱਜ ਗੀਤ ਰਿਲੀਜ਼ ਹੋਇਆ, ਜਿਹਨੂੰ ਹਰਪ੍ਰੀਤ ਸੇਖੋਂ ਜੀ ਨੇ ਲਿਖਿਆ, ਬਾਬੂ ਸਿੰਘ ਮਾਨ ਦੇ ਨਾਲ ਉਹਨਾਂ ਨਾਲ ਰਲ ਕੇ, ਔਰ ਹੰਸਰਾਜ ਜੀ ਨੇ ਜੋ ਗਾਇਆ, ਇਦੋਂ ਵਧੀਆ ਗੀਤ ਕੋਈ ਮੈਂ ਨਹੀਂ ਸਮਝਦਾ ਵੀ ਇਦੋਂ ਵਧੀਆ ਕੋਈ ਗੀਤ, ਕਿਉਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਉਸ ਤੋਂ ਮਗਰ ਉਹਨਾਂ ਦੀ ਨਕਲ ਤਾਂ ਕੀਤੀ ਜਾ ਸਕਦੀ ਹੈ, ਪਰ ਉਹਦੇ ਬਰਾਬਰ ਟੁੱਕਣਾ ਬਹੁਤ ਮੁਸ਼ਕਲ ਹੁੰਦਾ। ਮੈਂ ਸਮਝਦਾ ਅਸੀਂ ਅੱਜ ਸੁਣਿਆ ਜੋ ਗੀਤ ਨਾ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ, ਖੈਰ ਇਹ ਤਾਂ ਕਹਿਣਾ ਬੇਵਕੂਫੀ ਹੈ ਵੀ ਹੰਸਰਾਜ ਜੀ ਬਹੁਤ ਵਧੀਆ ਗਾਉਂਦੇ ਨੇ, ਉਹ ਤਾਂ ਗਾਉਂਦੇ ਹੀ ਬਹੁਤ ਅੱਛਾ ਨੇ। ਨਹੀਂ, ਮੇਰਾ ਮਤਲਬ ਹੈ ਵੀ ਇਸ ਕਿਸਮ ਦਾ ਗੀਤ ਦੁਬਾਰਾ ਹੋਣਾ ਮੁਸ਼ਕਲ ਹੈ। ਨਹੀਂ ਸਾਡੇ, ਅਸੀਂ ਦੇਖੋ ਮੈਂ ਹੁਣ ਪਰਸਨਲ ਲਾਈਫ ਦੇ ਵਿੱਚ ਮੈਂ ਤੁਹਾਨੂੰ ਸਾਫ ਦੱਸਦਾ ਬਈ ਕੋਈ 10-12 ਦਿਨ ਪਹਿਲਾਂ ਉਹ ਮੇਰੇ ਕੋਲ ਆ ਗਏ, ਆਪਣੇ ਮੇਰੇ ਘਰ ਆ ਗਏ, ਸਿਰਫ ਇਹ ਕਹਿਣ ਵਾਸਤੇ ਬਾਈ ਜੀ ਮੈਂ ਤੁਹਾਨੂੰ ਮਿਲਣ ਵਾਸਤੇ ਆ ਰਿਹਾ। ਮੈਂ ਕਿਹਾ ਵੀ ਖਾਣਾ ਖਾਵਾਂਗੇ, ਅਸੀਂ ਰਾਤ ਨੂੰ ਮੇਰੇ ਕੋਲੋਂ 10-10:30 ਵਜੇ ਗਏ ਨੇ। ਉਸ ਤੋਂ ਮਗਰੋਂ ਮੇਰਾ ਟੂਰ ਸੀਗਾ ਅਮਰੀਕਾ ਦਾ, ਮੈਂ ਬਾਹਰ ਚਲਾ ਗਿਆ, ਮੈਨੂੰ ਬਾਹਰ ਜਾ ਕੇ ਅਸ਼ੋਕ ਭਾਵਰਾ ਜੀ ਜਿਹੜੇ ਅਜੀਤ ਦੇ ਨਾਮਨਗਾਰ ਨੇ, ਹੈਂ ਉਹ ਮੈਨੂੰ ਜਦ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਛਿੰਦਾ ਜੀ ਬਹੁਤ ਬਿਮਾਰ ਨੇ। ਅਸੀਂ ਉੱਥੇ TV ਦੇ ਉੱਤੇ, ਰੇਡੀਓ ਦੇ ਉੱਤੇ ਪਰਮਾਤਮਾ ਅੱਗੇ ਦੁਆ ਕੀਤੀ ਅਤੇ ਲੋਕਾਂ ਨੂੰ ਕਿਹਾ ਬਈ ਪ੍ਰਾਰਥਨਾ ਕਰੋ ਵੀ ਉਹ ਜਲਦੀ ਰਾਜ਼ੀ ਹੋ ਜਾਣ। ਪਰ ਜਦੋਂ ਮੈਂ ਇੱਥੇ ਵਾਪਸ ਆਇਆ ਥੋੜ੍ਹੇ ਦਿਨਾਂ ਤੋਂ ਬਾਅਦ, ਅਤੇ ਉਹ DMC ਦੇ ਵਿੱਚ ਸੀਗੇ, ਮੈਂ ਗਿਆ ਡਾਕਟਰਾਂ ਕੋਲ, ਉਹ ਕਹਿਣ ਲੱਗੇ ਜੀ ਬਸ ਸਿਰਫ ਅਰਦਾਸ ਕਰੋ, ਅਸੀਂ ਤਾਂ ਬਾਹਰ ਲਾਈ ਜਾਂਦੇ ਹਾਂ, ਮੁਸ਼ਕਲ ਬਹੁਤ ਹੈ। ਉਸ ਤੋਂ 2-3 ਦਿਨ ਬਾਅਦ ਉਹ ਪੂਰੇ ਹੋ ਗਏ। ਮੈਨੂੰ ਇਹ ਯਾਦ ਹੈ ਵੀ ਉਹ ਮੈਨੂੰ ਕਿਵੇਂ ਮਿਲਣ ਆ ਗਏ, ਕਿਉਂਕਿ ਆਰਟਿਸਟ ਬਹੁਤ ਘੱਟ ਵਿਹਲੇ ਹੁੰਦੇ ਨੇ, ਜ਼ਿਆਦਾ ਵਿਹਲੇ ਨਹੀਂ ਹੁੰਦੇ। ਆਪ ਕਹਿ ਕੇ ਵੀ ਮੈਂ ਆ ਰਿਹਾ, ਘਰ ਰਹੋ, ਮੈਂ ਸ਼ਾਮ ਨੂੰ ਅਸੀਂ ਇਕੱਠਿਆਂ ਨੇ ਆਪਣੇ
ਰੋਟੀ ਖਾਧੀ ਆ, 10:30 ਵਜੇ ਮੇਰੇ ਕੋਲ ਗਏ ਨੇ। ਮੈਨੂੰ ਉਹ ਦਿਨ ਬਹੁਤ ਯਾਦ ਰਹੂਗਾ, ਸਾਰੀ ਜ਼ਿੰਦਗੀ ਯਾਦ ਰਹੂਗਾ, ਕਿਉਂਕਿ ਹੁਣ ਆਪਣੇ ਆਪ ਮਿਲਣ ਵਾਸਤੇ ਆਏ ਔਰ ਅਸੀਂ ਬੈਠ ਕੇ ਕੁਝ ਗੱਲਾਂ ਕੀਤੀਆਂ, ਤਾਂ ਮੈਂ ਸਮਝਦਾ ਇਦੋਂ ਵਧੀਆ ਯਾਦ ਕੀ ਹੋ ਸਕਦੀ ਆ। ਸਟੇਜਾਂ ਉੱਤੇ ਬਹੁਤ ਛੇਤੀ ਇਕੱਠੇ ਵੀ ਹੋ ਜਾਂਦੇ ਸੀਗੇ, ਹੈਂਜੀ, ਅਤੇ ਉੱਥੇ ਸਾਡਾ ਬਹੁਤ ਜ਼ਿਆਦਾ ਇੱਕੋ ਹੀ ਗੱਲ ਹੁੰਦੀ ਆ ਵੀ ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ। ਇੱਧਰ